ਤਰਸੇਮ ਸਿੰਘ ਬੰਨਾਮਲ ਕਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਮੈਂਬਰ। ਬੰਨਾਮਲ ਜੀ, ਅੱਜ ਜਿਹੜਾ ਹੈਗਾ ਵਾ ਕਿਹੜੀ ਲੋਕੇਸ਼ਨ ਤੇ ਜਿਹੜਾ ਟੋਲ ਫ੍ਰੀ ਕੀਤਾ ਗਿਆ ਔਰ ਕਿੰਨੇ ਸਮੇਂ ਲਈ? ਅੱਜ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀਗੀ ਕੱਲ ਪਰਸੋਂ 18 ਤਰੀਕ ਨੂੰ, ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ 3 ਦਿਨ ਲਈ 22 ਤਰੀਕ ਤੱਕ ਜਿਹੜਾ ਉਹ ਟੋਲ ਫ੍ਰੀ ਰਹੇਗਾ। ਇਸ ਤੋਂ ਅੱਗੇ ਸੰਯੁਕਤ ਮੋਰਚੇ ਦੀ ਜਿਹੜੀ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹੋਣ ਜਾ ਰਹੀ ਆ, ਜੋ ਫੈਸਲਾ ਉਹਦੇ ਵਿੱਚ ਲਿਆ ਜਾਵੇਗਾ ਉਹਦੇ ਮੁਤਾਬਕ ਫਿਰ ਅੱਗੇ ਜਿਹੜਾ ਉਹ ਐਕਸ਼ਨ ਜਿਹੜਾ ਕੀਤਾ ਜਾਵੇਗਾ। ਜਸਵੀਰ ਸਿੰਘ ਲਿਠਾ, ਜ਼ਿਲ੍ਹਾ ਪ੍ਰਧਾਨ ਭਾਰਤ ਸਿੰਘ ਸਾਜੀ ਨੂੰ ਕਾਦੀਆਂ ਕਪੂਰਥਲਾ। ਅੱਜ ਜੋ ਅਸੀਂ ਢਿਲਮਾ ਟੋਲ ਪਲਾਜੇ 'ਤੇ 21-22 ਨੂੰ ਸ਼ਾਮ ਤੱਕ ਜਿਹੜਾ ਇਹਨੂੰ ਟੋਲ ਪਲਾਜੇ ਫ੍ਰੀ ਕਰ ਰਹੇ ਹਾਂ, ਕਿਉਂਕਿ ਜਦ ਸਾਨੂੰ ਸੰਯੁਕਤ ਮੋਰਚੇ ਦਾ ਹੁਕਮ ਆਇਆ ਆ ਕਿ ਜਿਹੜੇ ਕਿਸਾਨ ਆਪਣੇ ਬਾਰਡਰਾਂ 'ਤੇ ਬੈਠੇ ਆ ਉਹਨਾਂ ਨੂੰ ਜਿਹੜੇ ਆ ਦਿੱਲੀ ਸਰਕਾਰ ਨੇ ਜਿੰਨੇ ਵੀ ਮੁਲਾਜ਼ਮ ਆਏ ਸੀ ਜਿਹੜਾ ਸ਼ਾਸਨ ਤੋਂ ਪਹਿਲਾਂ ਦਿੱਲੀ ਵਾਲਿਆਂ ਤੋਂ ਜਿਹੜਾ ਕਿਸਾਨਾਂ ਦਾ ਜਿਹੜਾ ਜੋ ਵੀ ਫਸਲਾਂ ਦੇ MSP ਸਹੀ ਆ ਜਾਂ ਹੋਰ ਵੀ ਜਿਹੜਾ ਸਾਡਾ ਕਿਸਾਨ ਸਾਰਾ ਮਜ਼ਦੂਰ ਦਾ ਕਰਜ਼ਾ ਮਾਫ ਆ ਜਾਂ 220 ਜਿਹੜਾ ਉਹਨੂੰ ਬਿੱਲ ਆ ਉਹਨੂੰ ਜਿਹੜਾ ਕੈਂਸਲ ਕੀਤਾ ਜਾਵੇ, ਇਹ ਸਾਡੀ ਮੰਗ ਆ। ਠੀਕ ਹੈ, ਅਗਲਾ ਜਿਹੜਾ ਫਰਦਰ ਕੋਈ ਤੁਹਾਡੇ ਵੱਲੋਂ ਮੋਰਚੇ ਨੂੰ ਵਧਾਉਣ ਸੰਬੰਧੀ ਕੋਈ ਹੈਗੀ ਹੈ? ਇਹਦੇ ਬਾਰੇ ਸਾਡਾ ਸੰਯੁਕਤ ਮੋਰਚਾ ਜਿਹੜੀਆਂ ਸਾਡੀਆਂ 37 ਜਥੇਬੰਦੀਆਂ ਲੜ ਰਹੀਆਂ ਨੇ ਇਕੱਠੀਆਂ ਹੋ ਕੇ, ਜੋ ਉਹਨਾਂ ਦਾ ਹੁਕਮ ਉਹਨਾਂ ਦੀ 21 ਕਿਲੋਮੀਟਰ ਸਾਰੇ ਭਾਰਤ ਦੀ ਹੋ ਰਹੀ ਆ ਦਿੱਲੀ ਦੇ ਵਿੱਚ, ਜੋ ਹੁਕਮ ਆਇਆ ਉਹਨੂੰ ਅਸੀਂ ਲਾਗੂ ਕਰਾਂਗੇ।